नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो ਵੀ ਸ਼ਹਿਰੋਂ ਆ ਰਿਹਾ ਸੀ। ਮੇਰਾ ਸਕੂਟੀ ਇੱਧਰ ਨੂੰ ਮੁੜੀ ਆ, ਇਹ ਮੇਰੇ ਪਿੱਛੇ ਆ ਰਿਹਾ ਹੈ। ਬਹੁਤ ਓਵਰ ਸਪੀਡ ਆ ਰਿਹਾ ਸੀ ਔਰ ਇਹਦਾ ਮੋਟਰਸਾਈਕਲ ਦੇ ਕੋਈ ਕੰਟਰੋਲ ਨਹੀਂ ਹੋਇਆ, ਇਹਨੇ ਸਿੱਧਾ ਮੋਟਰਸਾਈਕਲ ਦੇ ਵਿੱਚ ਠੋਕ ਦਿੱਤਾ। ਠੀਕ ਹੈ। ਉਹ ਮੁੰਡੇ ਇੱਧਰੋਂ ਜਾ ਰਹੇ, ਮੁੰਡਾ ਇੱਧਰੋਂ ਸਹਿਬਾਜ ਸਿੰਘ, ਸਭ ਤੋਂ ਵੱਡਾ ਕਸੂਰ ਇਸੇ ਮੋਟਰਸਾਈਕਲ ਵਾਲੇ ਦਾ। ਬੱਸੇ ਨੇ ਬੁਲਟ ਨਾਲ ਮਾਰ, ਉੱਥੋਂ ਵੱਜਿਆ ਇੱਥੇ ਆਣ ਕੇ ਡਿੱਗਾ, ਜਿੱਥੇ ਬੁਲਟ ਰੱਖਣਾ ਇੱਥੇ ਡਿੱਗਾ। ਕਾਫੀ ਜ਼ਬਰਦਸਤ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ। ਉਹ ਮੁੰਡਾ ਤਾਂ ਬੋਲਿਆ ਨਹੀਂ, ਜਿਹੜਾ ਦੂਸਰਾ ਇੰਨੀਆਂ ਸੱਟਾਂ ਵੱਜ ਗਈਆਂ। ਛੇਤੀ ਅਸੀਂ 15 ਕੁ ਮਿੰਟਾਂ 'ਚ ਇਹਨੂੰ ਵੀ ਪਾ ਕੇ ਗੱਡੀ 'ਚ ਗੱਡੀ ਦੂਜੇ ਨੂੰ ਭੇਜਤਾ ਬਟਾਲੇ ਸਿਵਲ ਹਸਪਤਾਲ। ਬਹੁਤ ਮਾੜੀ ਗੱਲ ਹੋਈ ਹੈ ਡਾਕਟਰ ਰਾਮਾ ਜੀ ਨਾਲ, ਸਭ ਤੋਂ ਦੇਖ ਸਾਹਿਬ। ਠੀਕ ਹੈ ਜੀ। ਬਸ ਸਾਨੂੰ ਹੁਣੇ ਪਤਾ ਲੱਗਾ ਸੀ, ਕਾਲ ਗਈ ਕਿ ਇੱਥੇ ਐਕਸੀਡੈਂਟ ਹੋ ਗਿਆ ਪੈਟਰੋਲ ਪੰਪ ਲੱਗੇ। ਅਸੀਂ ਹੁਣੇ ਮੌਕੇ 'ਤੇ ਆਏ ਹਾਂ। ਇੱਕ ਬੁਲਟ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇ ਵੱਲੋਂ ਆ ਰਿਹਾ ਸੀਗਾ ਅਤੇ ਇੱਕ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ, ਜਿਹੜੇ ਆਪਸ ਵਿੱਚ ਐਕਸੀਡੈਂਟ ਹੋਇਆ। ਦੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ, ਇੱਕ ਤਾਂ ਸਹਿਬਾਜ ਸਿੰਘ ਜੀ ਦੀ ਡੈਥ ਹੋ ਗਈ, ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ, ਅਤੇ ਦੂਜਾ ਵੀ ਇੰਨੇ ਕੁ 19-20 ਸਾਲ ਦਾ ਦੱਸ ਰਹੇ ਨੇ। ਬਾਕੀ ਸਾਰੀ ਤਫਤੀਸ਼ ਚੱਲਣ ਡਈ ਆ, ਜਿਹੜੀ ਵੀ ਕਾਰਵਾਈ ਹੋਊ ਕਾਨੂੰਨ ਅਨੁਸਾਰ ਅਮਲ ਵਿੱਚ ਲਿਆ ਰਿਹਾ ਜੀ। ਗੱਲੀ ਕਿਹਦੀ ਸਮਝਦੇ ਹੋ, ਮਾਪਿਆਂ ਦੀ ਕਿ ਛੋਟੀ ਉਮਰ 'ਚ ਬੱਚਿਆਂ ਨੂੰ ਮੋਟਰਸਾਈਕਲ ਖਾ ਦਿੰਦੇ ਆ, ਅਤੇ ਇਸ ਤਰੀਕੇ ਦੀਆਂ ਘਟਨਾਵਾਂ? ਦੇਖੋ ਜੀ, ਇਹ ਤਾਂ ਬੱਚੇ ਅੱਜ ਕੱਲ੍ਹ ਸਕੂਲਾਂ ਕਾਲਜਾਂ 'ਚ ਪੜ੍ਹਦੇ ਆ, ਮਾਪੇ ਵੀ ਆ, ਕਿਉਂਕਿ ਜਿਸ ਜੇ ਆਪਾਂ ਨਾ ਦਈਏ ਤਾਂ ਬੱਚਿਆਂ ਨਾਲ ਆਪਾਂ ਸਾਰੀ ਉਮਰ ਬੱਝ ਕੇ ਨਹੀਂ ਰਹਿ ਸਕਦੇ। ਕੀ ਕਰਦੇ ਪਰ ਸਮਾਂ ਕਾਰਵਾਈ ਇੱਥੇ ਹਾਲ ਦੀ ਘੜੀ ਮੌਕੇ 'ਤੇ ਵੇਖ ਲਏ, ਸਭ ਕਰ ਲਿਆ, ਹੁਣ ਹੋਸਪਿਟਲ ਚੱਲੇ ਹਾਂ ਜੀ। ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ। ਥੈਂਕ ਯੂ।